ਹੈਲੋ एवरीवन ਪੰਜਾਬ एग्जाम चैनल देख रहे सारे दोस्तों का बहुत-बहुत धन्यवाद ਤੇ ਜੋ ਵੀ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਿਹਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਤੇ ਨਾਲੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਅੱਜ ਦੀ ਆਪੇ ਨਵੀਂ ਨੋਟੀਫਿਕੇਸ਼ਨ ਆਈ ਹੈ ਪੀਐਸਪੀਸੀਐਲ ਵੱਲੋਂ ਉਹਨਾਂ ਵਿਦਿਆਰਥੀਆਂ ਦੇ ਲਈ ਜਿਨ੍ਹਾਂ ਨੇ ਟੈਕਨੀਸ਼ੀਅਨ ਅਪ੍ਰੈਂਟਿਸ ਦੇ ਲਈ ਡਿਪਲੋਮਾ ਜਾਫਰ ਬੀਟੈਕ ਦੇ ਬੇਸ ਤੇ ਅਪਲਾਈ ਕੀਤਾ ਸੀਗਾ ਉਨਾਪਰ ਨੋਟੀਫਿਕੇਸ਼ਨ ਦੇ ਵਾਜਨੇ ਆ ਇਹ ਕਹਿੰਦੇ ਨੇ ਦੇਖਦੇ ਆ ਕੈਨੇ 19 2023 ਨੂੰ ਐਪਲੀਕੇਸ਼ਨਸ ਮੰਗਿਆ ਗਈ ਸੀ ਡਿਪਲੋਮਾ ਹਾ ਕਰ ਟੈਕਨੀਕੀ ਹੋਲਡਰ ਤੋਂ ਫॉर 1 ਸਾਲ 1 ਸਾਲ ਦੇ ਲਈ ਅਪਰੈਂਟਿਸ ਦੇ ਲਈ ਪੀ ਐਸ ਪੀ ਸੀ ਐਲ ਦੇ ਵਿੱਚ ਸੈਸ਼ਨ 2023-24 ਉਹਨਾਂ ਵਿਦਿਆਰਥੀਆਂ ਨੂੰ ਸੋਚ ਕੀਤਾ ਜਾਂਦਾ ਹੈ ਵੀ ਜਿਨ੍ਹਾਂ ਦੇ ਡਾਕੂਮੈਂਟ ਨਹੀਂ ਚੈੱਕ ਹੋਏ ਸੀਗੇ ਜਾਂ ਫਿਰ ਐਬਸੈਂਸੀ ਗੇ ਦਿੱਤੇ ਹਨ ਤਰੀਕਾ ਨੂੰ 26/4 28/4 ਤੇ 25/2023 ਨੂੰ ਅਤੇ ਜਿੰਨਾ ਬਧਿਆਰਥੇਂ ਡਾਕੂਮੈਂਟ ਚੈੱਕ ਹੋ ਗਏ ਸੀਗੇ ਪਰ ਉਹਨਾਂ ਦੇ ਡਾਕੂਮੈਂਟ ਦੇ ਕੁਝ ਨਾ ਕੁਸਪੈਂਡਿੰਗ ਰਹਿ ਗਏ ਸੀਗਾ ਉਹਨਾਂ ਨੂੰ 9/5/2023 ਦਾ ਸਮਾਂ ਦਿੱਤਾ ਗਿਆ ਸੀ ਇਹ ਲਾਸਟ ਤੇ ਫਾਈਨਲ ਚਾਂਸ ਸੀਗਾ ਪਰ ਹੁਣ ਇਹ ਡਾਕੂਮੈਂਟ ਚੈੱਕ ਕਰ ਹੋ ਸਕਦੇ ਨੇ 12/5/2023 ਤੱਕ ਸਮਾਂ ਹੈਗਾ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਤੇ ਇਸ ਤੋਂ ਬਾਅਦ ਕੋਈ ਵੀ ਬਾਦੂ ਚਾਂਸ ਨਹੀਂ ਦਿੱਤਾ ਜਾਵੇਗਾ ਡਾਕੂਮੈਂਟ ਚੈੱਕ ਕਰਨ ਲਈ ਜਾਂ ਫਿਰ ਸਬਮਿਟ ਕਰਵਾਉਣ ਦੇ ਲਈ ਤੇ ਬਾਕੀ ਸਾਰੇ ਟਰਮਸ ਤੇ ਕੰਡੀਸ਼ਨ ਨੇ ਜੋ ਉਹ ਸੇਮ ਰਹਿਣਗੀਆਂ ਜਿਵੇਂ ਨੋਟੀਫਿਕੇਸ਼ਨ ਇਸ਼ੂ ਹੋਇਆ ਸੀਗਾ ਪੀ 4 2023 ਨੂੰ ਸੋ ਜਿੰਨਾ ਬੱਚੇ ਜਿਹਨਾਂ ਦੇ ਡਾਕੂਮੈਂਟ ਪੈਂਡਿੰਗ ਰਹਿੰਦੇ ਨੇ ਉਹ 12 5 ਤੱਕ ਸਵੇਰ ਦੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਆਪਣੇ ਸਬਮਿਟ ਕਰਵਾ ਸਕਦੇ ਆ ਜਾਂ ਫਿਰ ਚੈੱਕ ਕਰਵਾ ਸਕਦੇ ਨੇ ਤੇ ਬਾਕੀ ਅਪਡੇਟਸ ਲਈ ਚੈਨਲ ਨਾਲ ਜੁੜੇ ਰਹੋ ਤੇ ਆਨ ਬਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬੋ